ਸਾਜੀ ਨਵਾਜੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਛੋਟੇ ਭਚੰਗੀਆਂ ਦੇ ਕੋਲੋਂ ਕਲਗੀਆਂ ਵਾਲੇ ਪਾਤਸ਼ਾਹ ਦੇ ਸਿਫਤ ਦੇ ਵਿੱਚ ਇੱਕ ਕਵਿਤ ਸਰਵਣ ਕੀਤਾ। ਉਮੀਦ ਕਰਾਂਗੇ ਕਿ ਇੱਕ ਛੋਟਾ ਜਿਹਾ ਆਪ ਜੀ ਦੇ ਸਾਹਮਣੇ ਜੋ ਕਿ ਇਹਨਾਂ ਬੱਚਿਆਂ ਨੂੰ ਯਾਦ ਕਰਾਇਆ ਗਿਆ ਪ੍ਰਸੰਗ ਛੋਟਾ ਜਿਹਾ ਆਪ ਜੀ ਦੇ ਸਾਹਮਣੇ ਪੇਸ਼ ਕਰਾਂਗੇ। ਦਸਵੇਂ ਪਾਤਸ਼ਾਹ ਦਾ ਭੰਗਾਣੀ ਦਾ ਯੁੱਧ ਜੋ ਪਹਿਲਾਂ ਕਲਗੀਆਂ ਵਾਲੇ ਪਾਤਸ਼ਾਹ ਨੇ ਕੀਤਾ ਤੇ ਦਸ ਸੰਗਤਾਂ ਪਾਸੋਂ ਉਮੀਦ ਕਰੇਗਾ ਕਿ ਇਸੇ ਤਰ੍ਹਾਂ ਹੀ ਪਿਆਰ ਦੇ ਨਾਲ ਬੈਠ ਕੇ ਸਰਵਣ ਕਰਨਗੇ। ਜਿਸ ਵਕਤ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਚਰਨਾਂ ਵਿੱਚ ਇੱਕ ਜੋੜੇ ਨੇ ਆ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸਾਨੂੰ ਪੁੱਤਰ ਦੀ ਦਾਤ ਬਖਸ਼ੋ। ਉਹਨਾਂ ਦੀ ਗੱਲ ਸੁਣ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹਨਾਂ ਦੀ ਸ਼ਰਧਾ ਦੇਖ ਕੇ ਤੇ ਉਸ ਨੂੰ ਇੱਕ ਬਚਨ ਦਿੱਤਾ ਤੇ ਆਪਣੇ ਹੱਥ ਦੇ ਵਿੱਚ ਅੰਗੂਠੀ ਘੁਮਾ ਰਿਹਾ ਸੀ, ਉਹ ਹੀ ਅੰਗੂਠੀ ਕੱਢ ਕੇ ਉਸ ਦੇ ਮੱਥੇ ਤੇ ਲਾ ਦਿੱਤੀ ਤੇ ਨਾਲੇ ਬਚਨ ਦੇ ਦਿੱਤਾ ਕਿ ਤੁਹਾਡੇ ਘਰ ਇੱਕ ਪੁੱਤਰ ਹੋਵੇਗਾ ਤੇ ਉਸਦੇ ਮੱਥੇ ਤੇ ਇਸ ਅੰਗੂਠੀ ਦਾ ਨਿਸ਼ਾਨ ਹੋਵੇਗਾ। ਬੱਚਾ ਪੈਦਾ ਹੋਇਆ, ਉਸਦਾ ਬਾਪ ਜੋ ਚੜ੍ਹਾਈ ਕਰ ਗਿਆ ਸੀ
ਇੱਕ ਦਿਨ ਉਹ ਸ਼ੀਸ਼ੇ ਦੇ ਮੂਹਰੇ ਖੜੋ ਕੇ ਆਪਣੀ ਮਾਂ ਨੂੰ ਪੁੱਛਣ ਲੱਗਾ ਕਿ ਮਾਂ ਜੀ ਆਹ ਜਿਹੜਾ ਮੇਰੇ ਮੱਥੇ ਦੇ ਵਿੱਚ ਨਿਸ਼ਾਨ ਆ ਇਹ ਕਿਸ ਤੋਂ ਆ, ਮੈਂ ਹੋਰ ਕਿਸੇ ਦੇ ਨਹੀਂ ਦੇਖਿਆ। ਉਸਨੇ ਕਿਹਾ ਪੁੱਤਰ ਇਹ ਨਿਸ਼ਾਨੀ ਸਿੱਖਾਂ ਦੇ ਨੌਵੇਂ ਗੁਰੂ ਗੁਰੂ ਨਾਨਕ ਦੇ ਜੋ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਅਸੀਂ ਅਰਦਾਸ ਕੀਤੀ ਸੀ, ਉਹਨਾਂ ਨੇ ਅੰਗੂਠੀ ਜਿਸ ਵਕਤ ਲਾਈ ਉਸਨੇ ਕਿਹਾ ਇਹ ਅੰਗੂਠੀ ਦਾ ਨਿਸ਼ਾਨ ਉਸਦੇ ਮੱਥੇ ਵਿੱਚ ਹੋਵੇਗਾ। ਅਤੇ ਉਸਦੇ ਮਨ ਵਿੱਚ ਸ਼ਰਧਾ ਆਈ ਕਿ ਮਾਤਾ ਜੀ ਮੈਨੂੰ ਵੀ ਫਿਰ ਉਸਦੇ ਦਰਸ਼ਨ ਕਰਵਾਓ। ਰਾਣੀ ਨੇ ਸੋਚਿਆ ਵੀ ਗੁਰੂ ਘਰ ਜਾਣਾ ਹੈ। ਉਹਨਾਂ ਨੇ ਜੋ ਉਸ ਵੇਲੇ ਦੀ ਵਾਰਤਾ ਸੀਗੀ ਵੀ ਕਿਸ ਤਰ੍ਹਾਂ ਅਸੀਂ ਉਸਦੇ ਕੋਲੋਂ ਅਰਦਾਸ ਕੀਤੀ ਅਤੇ ਗੁਰੂ ਤੇਗ ਬਹਾਦਰ ਜੀ ਨੇ ਸਾਡੇ 'ਤੇ ਬਖਸ਼ਿਸ਼ ਕੀਤੀ, ਉਹ ਪਿਆਰ ਦੇ ਨਾਲ ਚੰਦ ਕਲਾਈਨਾ ਢਾਡੀ ਜਾ ਸਾਹਿਬ ਜੀ ਦੇ ਸਾਹਮਣੇ ਐਂ ਬਿਆਨ ਕਰਦਾ।
ਉਸਨੇ ਦੱਸਿਆ ਕਿ ਜਦੋਂ ਅਸੀਂ ਬੇਨਤੀ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇੱਕ ਪੁੱਤਰ ਹੋਵੇਗਾ ਜੋ ਬੜਾ ਬਲਕਾਰ ਹੋਵੇਗਾ, ਆਗਿਆਕਾਰ ਹੋਵੇਗਾ। ਉਸ ਦੀ ਮਿਹਰ ਦਾ ਸਦਕਾ ਅੱਜ ਪੁੱਤਰਾ ਇਹ ਆਪਣਾ ਮਹਿਲ ਵਾੜੀਆਂ ਵੱਸਦੇ ਹਨ। ਅਤੇ ਉਸਨੇ ਕਿਹਾ ਕਿ ਮਾਤਾ ਮੈਨੂੰ ਉਸ ਗੁਰੂ ਦੇ ਦਰਸ਼ਨ ਕਰਵਾ। ਅਤੇ ਉਸਨੇ ਸੋਚਿਆ, ਰਾਣੀ ਨੇ ਇਹ ਸਾਰਾ ਲੋਹ ਲਕਸ਼ ਇਕੱਠਾ ਕੀਤਾ ਅਤੇ ਗੁਰੂ ਦੇ ਦਰਸ਼ਨਾਂ ਦੀਆਂ ਤਿਆਰੀਆਂ ਲੱਗੇ ਕਾਰਨ। ਅਤੇ ਉਸਨੇ ਕਿਹਾ ਕਿ ਜਦੋਂ ਗੁਰੂ ਦੇ ਦੁਆਰ ਦੇ ਉੱਤੇ ਅਸੀਂ ਜਾਂਦੇ ਹੁੰਦੇ ਸੀ, ਅਸੀਂ ਗੁਰੂ ਘਰ ਜਾ ਕੇ ਆਪਣੀ ਸ਼ਰਧਾ ਦੇ ਮੁਤਾਬਕ ਉਹਨਾਂ ਨੂੰ ਚੜ੍ਹਾਵਾ ਦਿੰਦੇ ਹੁੰਦੇ ਸਨ। ਅਤੇ ਉਸਨੇ ਸੋਚਿਆ ਕਿ ਰਾਜਾ ਸੀ, ਉਸਨੇ ਇੱਕ ਬਹੁਤ ਵਧੀਆ ਜੰਗਲ ਵਿੱਚੋਂ ਹਾਥੀ ਫੜਿਆ ਹੋਇਆ ਸੀ, ਜਿਸ ਦਾ ਨਾਂ ਇਤਿਹਾਸਕਾਰਾਂ ਨੇ ਪ੍ਰਸ਼ਾਦੀ ਹਾਥੀ ਦੱਸਿਆ। ਇੱਕ ਹਾਥੀ ਲਿਆ, ਇੱਕ ਚੰਦਨ ਦੀ ਚੌਂਕੀ ਲਈ, ਇੱਕ ਪੰਜ ਕਲਾ ਸ਼ਾਸਤਰ ਲੈ ਕੇ ਤੁਰ ਪਏ ਅਤੇ ਗੁਰੂ ਦੇ ਦਰਬਾਰ ਵਿੱਚ ਭੇਟਾਂ ਕੀਤੀਆਂ ਇਹ ਚੀਜ਼ਾਂ। ਅਤੇ ਗੁਰੂ ਤੋਂ ਬਖਸ਼ਿਸ਼ ਲਈ, ਆਸ਼ੀਰਵਾਦ ਲਈ ਕੁਛ ਦਿਨ ਉੱਥੇ ਠਹਿਰੇ ਤਾਂ ਉਹ ਆਪਣੇ ਮੁੜ ਕੇ ਵਤਨ ਨੂੰ ਚਲ ਗਏ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਕਲਗੀਆਂ ਵਾਲੇ ਪਾਤਸ਼ਾਹ ਨੇ ਅਨੰਦਪੁਰ ਦੀ ਜੂਹ ਦਾ ਇੱਕ ਅਖਾੜਾ ਹੀ ਬਦਲ ਕੇ ਰੱਖ ਦਿੱਤਾ। ਉਸਨੇ ਕਿਹਾ ਕਿ ਜਿਹੜਾ ਜ਼ੁਲਮ ਸੱਤੀਆਂ ਤਵੀਆਂ 'ਤੇ ਬੈਠ ਕੇ ਵੀ ਨਹੀਂ ਮਿਟਿਆ, ਜਿਹੜਾ ਜ਼ੁਲਮ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸੀਸ ਦਿੱਤਿਆਂ ਵੀ ਨਹੀਂ ਮਿਟਿਆ, ਉਸ ਜਮਲ ਜ਼ੁਲਮ ਨੂੰ ਹੁਣ ਸ਼ਸਤਰ ਨਾਲ ਮਿਟਾਇਆ ਜਾਵੇਗਾ। ਉਸਨੇ ਕਿਹਾ ਕਿ ਜਿਹਨੇ ਸਾਡੀਆਂ ਖੁਸ਼ੀਆਂ ਲੈਣੀਆਂ ਉਹ ਚੰਗਾ ਸ਼ਸਤਰ ਭੇਟ ਕਰੇ, ਜਿਹਨੇ ਸਾਡੀਆਂ ਖੁਸ਼ੀਆਂ ਲੈਣੀਆਂ ਉਹ ਚੰਗਾ ਘੋੜਾ ਭੇਟ ਕਰੇ, ਨੌਜਵਾਨ ਆਪਣੀਆਂ ਜਵਾਨੀਆਂ ਭੇਟ ਕਰਨ। ਜਦੋਂ ਇਸ ਚੀਜ਼ ਦਾ ਪਤਾ ਲੱਗਾ, ਕਲਗੀਆਂ ਵਾਲੇ ਪਾਤਸ਼ਾਹ ਨੇ ਭਾਈ ਨੰਦ ਲਾਲ ਨੂੰ ਹੁਕਮ ਕੀਤਾ ਕਿ ਭਾਈ ਨੰਦ ਲਾਲ ਜੀ ਇੱਕ ਸ਼ਾਨਦਾਰ ਨਗਾਰਾ ਮੜ ਕੇ ਲਿਆਂਦਾ ਜਾਵੇ। ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਦਿੱਲੀ ਤੋਂ ਇੱਕ ਆਰਡਰ ਜਾਰੀ ਕੀਤਾ ਕਿ ਕੋਈ ਵੀ ਹਿੰਦੁਸਤਾਨ ਦੇ ਵਿੱਚ ਮੰਦਰਾਂ ਦੇ ਵਿੱਚ ਟੱਲੀਆਂ ਨਹੀਂ ਖੜਕਾ ਸਕਦਾ, ਕੋਈ ਵੀ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਕੋਈ ਢੋਲਕੀ ਨਹੀਂ ਵਜਾ ਸਕਦਾ, ਕੋਈ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਘੋੜੇ 'ਤੇ ਨਹੀਂ ਚੜ੍ਹ ਸਕਦਾ, ਕੋਈ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਬਗੈਰ ਮੁਸਲਮਾਨ ਤੋਂ ਕੋਈ ਸ਼ਿਕਾਰ ਨਹੀਂ ਖੇਡ ਸਕਦਾ। ਅਤੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਜਦੋਂ ਆਣ ਕੇ ਮਸੰਦਾਂ ਨੇ ਇਹ ਗੱਲ ਦੱਸੀ ਅਤੇ ਮਸੰਦ ਕਹਿਣ ਲੱਗੇ, ਗੁਰੂ ਸਾਹਿਬ ਜੀ ਹੁਣ ਇੱਦਾਂ ਕਿ ਆਪਾਂ ਗੁਰਦੁਆਰੇ ਭੋਰਿਆਂ ਵਿੱਚ ਪੱਟ ਲਈਏ? ਗੁਰੂ ਸਾਹਿਬ ਕਹਿਣ ਲੱਗੇ, ਬਿਲਕੁਲ ਨਹੀਂ। ਉਹ ਕਹਿਣ ਲੱਗੇ, ਜਿੱਥੇ ਗੁਰੂ ਕਾ ਖਾਲਸੇ ਦਾ ਗੁਰਦੁਆਰਾ ਹੋਵੇਗਾ ਉੱਥੇ 101 ਫੁੱਟ ਉੱਚਾ ਨਿਸ਼ਾਨ ਸਾਹਿਬ ਹੋਵੇਗਾ, ਜਿੱਥੇ ਢੋਲਕੀ ਦੇ ਥਾਂ ਨਗਾਰਾ, ਜਿਸਲੇ ਸਿੰਘ ਜਕਾਰਾ ਛੱਡਿਆ ਕਰਨਗੇ, ਨਗਾਰੇ ਵੱਜਿਆ ਕਰਨਗੇ। ਜੇ ਉਹਨਾਂ ਨੇ ਸਾਰਾ ਕੰਮ ਉਸ ਜ਼ਾਲਮ ਹਕੂਮਤ ਦੇ ਗੁਰੂ ਸਾਹਿਬ ਨੇ ਉਲਟ ਕੀਤਾ। ਜਦੋਂ ਨਗਾਰਾ ਮੜਿਆ ਗਿਆ, ਹਜ਼ੂਰ ਸ਼ਿਕਾਰ ਨੂੰ ਚੜ੍ਹੇ ਅਤੇ ਨਗਾਰੇ 'ਤੇ ਚੋਟਾਂ ਪਈਆਂ ਅਤੇ ਲਾਗਲੇ ਰਾਜੇ ਬਾਈ ਧਾਰ ਦੇ ਕੰਬ ਉੱਠੇ। ਜਦੋਂ ਨਗਾਰੇ 'ਤੇ ਚੋਟ ਪਈ ਤਾਂ ਭੀਮ ਚੰਦ ਨੇ ਕੰਨਾਂ ਦੇ ਵਿੱਚ ਗੂੰਜ ਪਈ, ਉਸਨੇ ਆਪਣੇ ਵਜ਼ੀਰ ਨੂੰ ਸੱਦਿਆ, ਕਹਿਣ ਲੱਗਾ ਵੀ ਇਹ ਮੇਰੀ ਜੂਹਾਂ ਵਿੱਚ ਆਣ ਕੇ ਕੌਣ ਨਗਾਰਾ ਵਜਾਉਂਦਾ? ਅਤੇ ਉਸਨੇ ਕਿਹਾ, ਇਹ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਿਬਜ਼ਾਦੇ ਹਨ। ਉਹ ਕਹਿਣ ਲੱਗੇ ਵੀ ਇਹ ਨਗਾਰਾ ਕਿਉਂ ਵਜਾਉਂਦੇ ਹਨ? ਉਸਨੇ ਕਿਹਾ ਜੀ ਉਹ ਸ਼ਿਕਾਰ ਵੀ ਖੇਡਦੇ ਹਨ। ਉਸਨੇ ਆਪਣੇ ਇੱਕ ਪ੍ਰੋਧ ਨੂੰ ਘੱਲਿਆ, ਕਹਿਣ ਲੱਗਾ ਜਾਓ ਜਾ ਕੇ ਗੁਰੂ ਸਾਹਿਬ ਨਾਲ ਮੁਲਾਕਾਤ ਦੇਖ ਕੇ ਆਓ ਉੱਥੇ ਕੀ ਹੋ ਰਿਹਾ। ਉਹ ਆਇਆ, ਉਸਨੇ ਆਣ ਕੇ ਗੁਰੂ ਸਾਹਿਬ ਦੇ
ਦੀਵਾਨ ਲੱਗੇ ਵਿੱਚ ਦੇਖਿਆ ਅਤੇ ਗੁਰੂ ਦਾ ਪ੍ਰੇਮੀ ਬਣ ਗਿਆ। ਉਸ ਨੇ ਜਾ ਕੇ ਦੱਸਿਆ ਕਿ ਉੱਥੇ ਅੰਮ੍ਰਿਤ ਵੇਲੇ ਬਾਣੀ ਪੜ੍ਹ ਹੁੰਦੀ ਹੈ, ਸ਼ਾਮਾਂ ਨੂੰ ਰਹਿ ਰਾਹ ਸਾਹਿਬ ਪੜ੍ਹ ਹੁੰਦੇ ਹਨ, ਕਰਤੱਵ ਹੁੰਦੇ ਹਨ, ਘੋਲ ਹੁੰਦੇ ਹਨ। ਉਸ ਨੇ ਜਦੋਂ ਜਾ ਕੇ ਗੱਲ ਦੇਖੀ, ਉਸਦੇ ਮਨ ਵਿੱਚ ਸ਼ੰਕਾ ਉੱਠਿਆ। ਉਸ ਨੇ ਕਿਹਾ, ਜੀ ਤੁਸੀਂ ਵੀ ਇੱਕ ਵਾਰੀ ਉਹਨਾਂ ਦੇ ਦਰਸ਼ਨ ਕਰਕੇ ਤਾਂ ਦੇਖੋ। ਉਸ ਨੇ ਜਸੂਸ ਨੂੰ ਆਪਣੇ ਨੂੰ ਭੇਜਿਆ ਕਿ ਜਾ ਗੁਰੂ ਸਾਹਿਬ ਨੂੰ ਜਾ ਕੇ ਕਹਿ ਕਿ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ। ਜਦੋਂ ਉਹਨਾਂ ਦਾ ਅਹਿਲਕਾਰੀ ਨੇ ਜਾ ਕੇ ਗੁਰੂ ਸਾਹਿਬ ਨੂੰ ਕਿਹਾ ਕਿ ਤੁਹਾਨੂੰ ਰਾਜਾ ਭੀਮ ਚੰਦ ਮਿਲਣਾ ਚਾਹੁੰਦਾ, ਤਾਂ ਗੁਰੂ ਸਾਹਿਬ ਨੇ ਕਿਹਾ ਵੀ ਜਦੋਂ ਜੀ ਕਹ ਕਰੇ ਉਹਦਾ ਆ ਜਾਵੇ। ਇਹ ਗੁਰੂ ਨਾਨਕ ਦਾ ਦਰ ਹੈ, ਇਹ 24 ਘੰਟੇ ਖੁੱਲ੍ਹਾ ਹੈ। ਸਵੇਰ ਨੂੰ ਆਵੇ, ਸ਼ਾਮ ਨੂੰ ਆਵੇ, ਦੁਪਹਿਰ ਨੂੰ ਆਵੇ, ਇੱਥੇ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਨਹੀਂ, ਜਦੋਂ ਮਰਜ਼ੀ ਆ ਸਕਦਾ। ਜਦੋਂ ਉਸਦੇ ਦੂਤ ਨੇ ਜਾ ਕੇ ਰਾਜੇ ਭੀਮ ਚੰਦ ਨੂੰ ਇਹ ਗੱਲ ਦੱਸੀ ਤਾਂ ਉਸਦੇ ਦਿਲ ਵਿੱਚ ਹੰਕਾਰ ਬੋਲ ਤੁਰਿਆ। ਉਹ ਕਹਿੰਦਾ, ਉਹ ਇੱਕ ਛੋਟਾ ਜਿਹਾ ਬਣਿਆ ਫਿਰਦਾ ਗੁਰੂ, ਅਤੇ ਤੂੰ ਫੇਰ ਵੀ ਅਕਸਰ ਰਾਜਾ ਹੈ, ਤੈਨੂੰ ਐਵੇਂ ਤਾਂ ਨਹੀਂ ਟਾਈਮ ਦੇ ਦਿੱਤਾ ਵੀ ਜਦੋਂ ਮਰਜ਼ੀ ਆ, ਚਾਹੇ ਰਾਤ ਨੂੰ ਆ, ਚਾਹੇ ਦਿਨੇ ਆ, ਚਾਹੇ ਸ਼ਾਮੀ ਆ, ਅਕਸਰ ਫੇਰ ਵੀ ਤੂੰ ਰਾਜਾ ਹੈ। ਉਸ ਨੇ ਕਿਹਾ ਵੀ ਮੈਂ ਜਾਵਾਂਗਾ। ਉਸ ਨੇ ਆਪਣੇ ਸ਼ਾਹੀ ਪੁਸ਼ਾਕ ਪਹਿਨੀ, ਪਹਿਨ ਕੇ ਸ਼ੀਸ਼ੇ ਦੇ ਮੂਹਰੇ ਖੜ੍ਹਾ ਹੋ ਕੇ ਦੇਖਣ ਲੱਗਾ ਅਤੇ ਉਸਨੇ ਸੋਚਿਆ ਵੀ ਮੇਰਾ ਰੋਹ ਤਾਂ ਹੁਣ ਦਿੱਲੀ ਦੇ ਬਾਦਸ਼ਾਹ ਨਾਲੋਂ ਘੱਟ ਨਹੀਂ। ਅਤੇ ਜਾ ਕੇ ਕਹਿਣ ਲੱਗਾ ਕਿ ਗੁਰੂ ਸਾਹਿਬ ਨੂੰ ਮਿਲਣ ਜ਼ਰੂਰ ਜਾਣਾ, ਪਰ ਜਾ ਕੇ ਗੁਰੂ ਸਾਹਿਬ ਦੇ ਚਰਨਾਂ 'ਤੇ ਮੱਥਾ ਨਹੀਂ ਟੇਕਣਾ। ਹੰਕਾਰ ਮੋਢਿਆਂ 'ਤੇ ਸਵਾਰ ਹੋ ਗਿਆ, ਤੁਰ ਪਿਆ ਉੱਥੋਂ। ਜਦੋਂ ਗੁਰੂ ਦੇ ਆਣ ਕੇ ਹਜੇ ਦਰਵਾਜ਼ਾ ਟੱਪਿਆ ਹੀ, ਅਤੇ ਹੰਕਾਰ ਇਸ ਦਰ ਦੇ ਉੱਤੇ ਆਉਂਦਾ ਨਹੀਂ, ਹਰਜੂ ਹੰਕਾਰ ਨਾ ਭਾਵੀ, ਇੱਥੇ ਦਰ ਦੇ ਉੱਤੇ ਹੰਕਾਰ ਕਿੱਥੇ ਰਹਿਣਾ ਸੀ। ਜਦੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਨਿਗਾਹ ਕੀਤੀ ਅਤੇ ਚਰਨਾਂ 'ਤੇ ਢਹਿ ਪਿਆ, ਡੰਡੌਤ ਵੰਦਨਾ ਕਰਨ ਲੱਗ ਪਿਆ, ਅਤੇ ਗੁਰੂ ਸਾਹਿਬ ਨੇ ਆਪਣੇ ਪੱਥੇ 'ਚੋਂ ਸਰਮੁਖੀ ਤੀਰ ਕੱਢਿਆ ਅਤੇ ਉਸਦੀ ਪਿੱਠ 'ਤੇ ਲਾਇਆ। ਕਹਿਣ ਲੱਗਾ, ਭੀਮ ਚੰਦਾ ਉੱਠ, ਅਸੀਂ ਉੱਚਿਆਂ ਤੋਂ ਨੀਵੇਂ ਕਰਨ ਨਹੀਂ ਆਏ, ਅਸੀਂ ਨੀਵਿਆਂ ਨੂੰ ਉੱਚੇ ਕਰਨ ਵਾਸਤੇ ਇਸ ਦੁਨੀਆਂ ਦੇ ਉੱਤੇ ਆਏ ਹਾਂ। ਉੱਠ ਕੇ ਬੈਠ, ਅਤੇ ਗੁਰੂ ਸਾਹਿਬ ਨੇ ਕਿਹਾ, ਪ੍ਰਸ਼ਾਦਾ ਛਕੋ, ਦੱਸੋ ਤੁਹਾਡੇ ਕੋਲ ਮਨ ਦੀ ਮੁਰਾਦ। ਬਸ ਜੀ, ਕਹਿੰਦਾ ਕੁਛ ਨਹੀਂ, ਮਨ ਦੀ ਮੁਰਾਦ ਕੋਈ ਨਹੀਂ, ਬਸ ਦਰਸ਼ਨ ਚਾਹੁੰਦਾ ਸਾਂ, ਦਰਸ਼ਨ ਕਰ ਲਏ। ਉਸ ਵਕਤ ਉੱਥੇ ਦੇਖਿਆ ਇੱਕ ਪਾਸੇ ਜਵਾਨ ਬੈਠੇ ਹਨ, ਚੰਦਨ ਦੀ ਚੌਂਕੀ ਹੈ, ਪ੍ਰਸ਼ਾਦੀ ਹਾਥੀ ਸਿਰ 'ਤੇ, ਗੁਰੂ ਸਾਹਿਬ ਦੇ ਚੌਰ ਕਰ ਰਿਹਾ, ਅਤੇ ਉਸਦਾ ਮਨ ਅੰਦਰੋਂ ਲਾਲਚ ਨੇ ਫੜ ਲਿਆ। ਕਹਿਣ ਲੱਗਾ, ਇਹੋ ਜਿਹੀਆਂ ਚੀਜ਼ਾਂ ਗੁਰੂਆਂ ਕੋ ਨਹੀਂ, ਇਹ ਤਾਂ ਮਹਾਰਾਜਾ ਕੋ ਸੋਭਦੀਆਂ ਹਨ। ਜਦੋਂ ਬਾਹਰ ਆਇਆ, ਉਹੀ ਹੰਕਾਰ ਉਹਦੇ ਮੋਢਿਆਂ 'ਤੇ ਸਵਾਰ ਹੋ ਗਿਆ। ਕਹਿਣ ਲੱਗਾ, ਭੀਮ ਚੰਦਾ ਉਹ ਤੂੰ ਪਹਿਲੀ ਨਜ਼ਰ ਦੇ ਨਾਲ ਹੀ ਗੁਰੂ ਦੇ ਚਰਨਾਂ 'ਚ ਢਹਿ ਪਿਆ, ਉੱਠ, ਤੇਰੇ ਨਾਲ ਤੇਰੇ ਦਰ ਦੇ ਉੱਤੇ ਕਈ ਕਈ ਰਾਜੇ ਝੁਕਦੇ ਆ, ਅਤੇ ਤੂੰ ਇੱਕੋ ਵਾਰੀ ਲੁੱਟਿਆ ਗਿਆ। ਉਸਦੇ ਮਨ 'ਤੇ ਉਹੀ ਹੰਕਾਰ ਫੇਰ ਕਾਬੂ ਪਾ ਬੈਠਾ। ਉਸਨੇ ਜਾ ਕੇ ਪੰਮੇ ਪ੍ਰੋਹਤ ਨਾਲ ਗੱਲਬਾਤ ਕੀਤੀ। ਕਹਿਣ ਲੱਗਾ, ਵੀ ਗੱਲ ਹੈਗੀ ਆ ਇਹ, ਜਿਹੜੀਆਂ ਉੱਥੇ ਗੁਰੂ ਦੇ ਦਰਬਾਰ ਵਿੱਚ ਚੀਜ਼ਾਂ, ਇਹੋ ਜਿਹੀਆਂ ਚੀਜ਼ਾਂ ਤਾਂ ਦਿੱਲੀ ਦੇ ਤਖ਼ਤ ਕੋਲ ਵੀ ਹੈ ਨਹੀਂ, ਜੇ ਕਿਤੇ ਆਪਣੇ ਕੋਲ ਆ ਜਾਣ ਅਤੇ ਆਪਣੇ ਇੱਥੇ ਲਾਗੇ ਲਾਗੇ ਰਾਜਿਆਂ ਦੇ ਵਿੱਚ ਇੱਕ ਵਾਰੀ ਬਹਿ ਜਾ ਹੋ ਜਾਊ। ਇਹ ਪੰਡਤ ਬੜਾ ਸ਼ੈਤਾਨ ਸੀ, ਇਹਨੇ ਸੋਚਿਆ। ਕਹਿਣ ਲੱਗਾ, ਰਾਜਾ ਸਾਹਿਬ ਲਿਆ ਮੈਂ ਦਊਂ, ਰੱਖ ਲੈਣੀਆਂ ਤੁਹਾਡਾ ਕੰਮ। ਉਸਨੇ ਸੋਚਿਆ ਵੀ ਚਲੋ ਠੀਕ ਆ, ਜ਼ਰੂਰੀ ਲੜ ਕੇ ਲੈਣੀਆਂ। ਉਹ ਕਹਿਣ ਲੱਗਾ, ਕਿੱਦਾਂ? ਉਹ ਕਹਿਣ ਲੱਗਾ, ਜੀ ਤੁਹਾਡੇ ਲੜਕੇ ਦੀ ਸ਼ਾਦੀ ਹੈ ਅਤੇ ਮੈਂ ਜਾਵਾਂਗਾ, ਮੈਂ ਜਾ ਕੇ ਉਹਨਾਂ ਨੂੰ ਕਹਾਂਗਾ ਵੀ ਤੁਸੀਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਗੁਰੂ ਸਾਹਿਬ ਨੂੰ ਜਾ ਕੇ ਠੱਗ ਕੇ ਮੈਂ ਲੈਦੇ ਹਾਂ, ਸਾਂਭਣੀਆਂ ਤੁਹਾਡਾ ਕੰਮ। ਉਹ ਗਿਆ, ਉਹਨੇ ਜਾ ਕੇ ਗੁਰੂ ਸਾਹਿਬ ਦੇ ਚਰਨਾਂ 'ਤੇ ਬੜੀ ਜਾ ਕੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਨੇ ਹਾਲ ਚਾਲ ਪੁੱਛਿਆ।
ਉਸ ਵਕਤ ਜਦੋਂ ਨੇ ਉਹ ਜਿਹੜਾ ਦੂਤ ਸੀਗਾ ਉਹ ਗੁਰੂ ਸਾਹਿਬ ਦੇ ਕੋਲ ਗਿਆ, ਉੱਥੇ ਜਾ ਕੇ ਜੋ ਕਰ ਰਿਹਾ ਉਸ ਦੇ ਉੱਤਰ ਪਰਸ਼ਨ ਢਾਡੀ ਜਾਂਦਾ ਇਉਂ ਬਿਆਨ ਕਰਦਾ। ਜਦੋਂ ਉਸਦੇ ਇਹ ਚੀਜ਼ਾਂ ਪਸੰਦ ਆਈਆਂ ਅਤੇ ਜਾ ਕੇ ਉਹ ਗੁਰੂ ਸਾਹਿਬ ਦੇ ਕੋਲੋਂ ਮੰਗਣ ਲੱਗਾ ਅਤੇ ਗੁਰੂ ਸਾਹਿਬ ਨੇ ਜਾਣੀ ਜਾਣ ਸੀ ਉਹਨਾਂ ਨੇ
ਉਸਨੇ ਸੋਚਿਆ ਇਹ ਚੀਜ਼ਾਂ ਠੱਗ ਕੇ ਲੈ ਜਾਵਾਂਗਾ, ਪਰ ਜਾਣੀ ਜਾਣ ਗੁਰੂ ਨੇ ਸਮਝ ਲਿਆ। ਉਸਨੇ ਪੰਮੇ ਪ੍ਰੋਧ ਨੂੰ ਕਹਿ ਦਿੱਤਾ ਕਿ ਜਾ। ਉਸਨੇ ਜਦੋਂ ਇਹ ਗੱਲ ਕੀਤੀ ਉਹ ਕਹਿਣ ਲੱਗਾ, ਗੁਰੂ ਸਾਹਿਬ ਜੀ ਬਸ ਥੋੜ੍ਹੇ ਦਿਨਾਂ ਵਾਸਤੇ ਹੀ ਮੰਗਵੀਆਂ ਚੀਜ਼ਾਂ ਖਾਣੀਆਂ ਹਨ, ਕੌਰ ਅਜਮੇਰ ਦੀ ਸ਼ਾਦੀ ਹੈ, ਇੱਕ ਵਾਰੀ ਲਾਗਲੇ ਰਾਜਿਆਂ ਨੂੰ ਪਤਾ ਲੱਗ ਜਾਵੇਗਾ ਕਿ ਰਾਜੇ ਭੀਮ ਚੰਦ ਦੀ ਇਸ ਦੁਨੀਆਂ ਦੇ ਉੱਤੇ ਕਿੰਨੀ ਸ਼ਾਨ ਹੈ। ਸਿਰਫ ਇੱਕ ਮਨੁੱਖ ਇਸ ਦੁਨੀਆਂ ਦੇ ਉੱਤੇ ਆਪਣੇ ਆਪ ਨੂੰ ਦੁਨੀਆਂ ਨਾਲ